अगर आपने नई और ताज़ा खबरें देखने के लिए दिव्या पंजाब टीवी को सब्सक्राइब नहीं किया तो कृपया जरूर करें। नूरमेल से हमारे संवाददाता द्वारा दशहरा कमेटी के प्रधान के साथ की गई विशेष बातचीत। सब तो पहला लाइव 24 न्यूज़ देखने वाले मेरी नमस्कार ते सत श्री अकाल जी। सर तुहानू किन्ना टाइम हो गया बाहर रहिंदे ने? मैनू जी हो गया जी 8.5 साल तो वध हो गया समा बाहर रहिंदे ने। तुसीं अज दशहरा कमेटी नाल जुड़े हो, ये एक्टिविटी की प्रेरणा तुहानू कित्थों मिली जुड़ने की? पहला तो जी मैं गणेश महोत्सव कमेटी जिहड़ी आ नूरमहल साडे उन्हां दे नाल जुड़िया जी। उस तो बाद च ये जिहड़ा रामलीला कमेटी साडे नूरमहल दी इहदे नाल जुड़िया जी। ਤੁਸੀਂ ਜੁੜੇ ਹੋਏ ਸੈਕਟਿਵਿਟੀ ਨੇ, ਇਸਦੀ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ? ਪ੍ਰੇਰਣਾ ਜੀ ਇੱਕ ਤਾਂ ਮੇਰੇ ਵਾਈਫ ਜਿਹੜੇ ਆ ਉਹ ਬਹੁਤ ਧਾਰਮਿਕ ਆ ਜੀ, ਉਹਨਾਂ ਨੂੰ ਦਿੱਤੀ ਆ ਬਹੁਤ ਜ਼ਿਆਦਾ ਪ੍ਰੇਰਣਾ ਜਿਹੜੀ ਠੀਕ ਨਹੀਂ। ਉਸ ਤੋਂ ਬਾਅਦ 'ਚ ਇੱਕ ਵਾਰੀ ਇਟਲੀ ਵਿੱਚ ਮੈਂ ਵਿੱਚ ਅਤੇ ਉੱਥੇ ਮੀਂਹ ਪੈ ਰਿਹਾ ਅਤੇ ਮੇਰੇ ਖਿਆਲ ਆਇਆ ਬਈ ਜਿਹੜਾ ਅੱਜ ਇੱਥੇ ਮੀਂਹ ਪੈਂਦਾ, ਜੇਕਰ ਇੰਡੀਆ ਵਿੱਚ ਇਹ ਮੀਂਹ ਪੈਂਦਾ ਹੋਇਆ ਤਾਂ ਗਣੇਸ਼ ਮਹਾਰਾਜ ਜੀ ਦੀ ਜਿਹੜੀ ਮੂਰਤੀ ਮੰਦਰ 'ਚ ਰੱਖੀ ਆ ਉਹ ਭਿੱਜ ਜਾਣੀ ਹੈ। ਬਸ ਉਸ ਤੋਂ ਬਾਅਦ 'ਚ ਮੇਰੇ ਦਿਲ ਦਿਮਾਗ 'ਚ ਇੱਦਾਂ ਦੀ ਜਗ੍ਹਾ ਕੇ ਕਰ ਗਈ ਅਤੇ ਮੈਂ ਉੱਥੋਂ ਆਪਣੇ ਕੁਛ ਭਰਾਵਾਂ ਤੋਂ ਯਾਰਾਂ ਦੋਸਤਾਂ ਤੋਂ ਉਹਨਾਂ ਦਾ ਸਹਿਯੋਗ ਲਿਆ ਜੀ, ਅਤੇ ਥੋੜ੍ਹਾ ਜਿਹਾ ਸਹਿਯੋਗ ਜਿਹੜਾ ਆਪਣੇ ਸ਼ਹਿਰ ਵਾਸੀਆਂ ਦਾ ਲਿਆ। ਉਸ ਤੋਂ ਬਾਅਦ ਮੈਂ ਮੰਦਰ ਵਿੱਚ ਲੈਂਟਰ ਪਾਇਆ। ਇਸ ਤੋਂ ਬਾਅਦ ਇਹੋ ਜਿਹਾ ਸਿਲਸਿਲਾ ਜਾਰੀ ਰਿਹਾ ਵਾ ਅਤੇ ਅੱਜ ਤੱਕ ਥੰਮ ਦਾ ਮਤਲਬ ਨਾਂ ਨਹੀਂ ਰਹਿ ਰਿਹਾ, ਨਾ ਹੀ ਇਹ ਨਾਂ ਰਹੇ। ਤੁਸੀਂ ਨੂਰਮਹਿਲ ਦੁਸਹਿਰਾ ਕਮੇਟੀ ਨਾਲ ਜੁੜੇ ਹੋ, ਇੱਥੇ ਦੇ ਦੁਸਹਿਰੇ ਕੀ ਖਾਸੀਅਤ ਹੈ? ਇਹ ਦੁਸਹਿਰਾ ਦੀ ਖਾਸੀਅਤ ਵੀ ਇਹ ਹੈ ਘੱਟੋ ਘੱਟ 70 ਜਿਹੜੇ ਪਿੰਡ ਆ ਜੀ ਇਸ ਦੁਸਹਿਰੇ ਨਾਲ ਜੁੜੇ ਹੋਏ ਆ ਜੀ, ਔਰ ਇਹਦੇ ਨਾਲ ਇਸ ਕਰਕੇ ਇਹ ਮਸ਼ਹੂਰ ਇੰਨਾ ਵਾ ਕਿ 70 ਦੇ 70 ਪਿੰਡ ਲੋਕ ਜਿਹੜੇ ਆ ਇਹ ਦੁਸਹਿਰੇ ਨੂੰ ਦੇਖਣ ਆਉਂਦੇ ਆ। ਇੰਨਾ ਤਕੜਾ ਦੁਸਹਿਰਾ ਹੁੰਦਾ ਕਿ ਇਹ ਕਿ ਬਹੁਤ ਜ਼ਿਆਦਾ ਰਸ਼ ਪੈਂਦਾ ਇੱਥੇ ਅਤੇ ਇੱਥੇ 3 ਸੈਕਟਰ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈਗੀ ਜੀ। ਬਾਹਰ ਰਹਿੰਦੇ ਹੋਏ ਵੀ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ, ਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਵਾਂ ਜਿੰਨੇ ਵੀ ਮੇਰੇ ਵੀਰ ਆ ਪੰਜਾਬ ਦੇ ਨੌਜਵਾਨ ਆ, ਬਈ ਜਿਹੜੇ ਨਸ਼ੇ ਆ ਇਹ ਤੁਸੀਂ ਨਾ ਕਰੋ, ਇਹਨੂੰ ਤਿਆਗ ਦਿਓ। ਇਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਪਰਿਵਾਰ ਤਬਾਹ ਹੋ ਰਹੇ ਆ, ਖੁਦਕੁਸ਼ੀਆਂ ਵੀ ਇਹਦੇ ਨਾਲ ਵੱਧ ਰਹੀਆਂ ਵਾ, ਨਸ਼ਾ ਨਾ ਜਦੋਂ ਨਹੀਂ ਨਸ਼ਾ ਮਿਲਦਾ ਉਸ ਕਾਰਨ, ਅਤੇ ਇਸ ਲਈ ਤੁਸੀਂ ਇਸ ਨਸ਼ੇ ਨੂੰ ਤਿਆਗੋ, ਖੇਡਾਂ ਵੱਲ ਧਿਆਨ ਜ਼ਿਆਦਾ ਦਿਓ ਜੀ। ਇਸ ਦੇ ਨਾਲ ਹੀ ਮੈਂ ਗਣੇਸ਼ ਮਹਾਂਉਤਸਵ ਕਮੇਟੀ ਮੰਦਰ ਪਾਸਿਆਂ ਨੂਰਮਹਿਲ, ਰਾਮਲੀਲਾ ਕਮੇਟੀ ਨੂਰਮਹਿਲ ਅਤੇ ਲਾਈਵ ਨਿਊਜ਼ 24 ਵਾਲਿਆਂ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜੈ ਸ਼੍ਰੀ ਰਾਮ।